ਕੱਲ ਗੱਲ ਹੁੰਦੀ ਪਈ ਸੀਗੀ ਸਾਡੇ ਨਾਲ ਸਵੇਰ ਤੋਂ ਹੋਈ ਸ਼ਾਮ ਨੂੰ ਵੀ 3 ਵਜੇ ਫੋਨ ਆਇਆ ਉਹਦੇ ਬਾਅਦ ਸਾਨੂੰ ਕੋਈ ਫੋਨ ਨਹੀਂ ਆਇਆ ਇਹਨਾਂ ਨੂੰ ਫੋਨ ਮੈਂ ਲਗਾਤਾਰ ਕਰਦੀ ਰਹੀ ਇਹਨਾਂ ਨੇ ਫੋਨ ਵੀ ਨਹੀਂ ਚੁੱਕਿਆ ਫਿਰ ਸ਼ਾਮ ਨੂੰ ਸਾਨੂੰ ਪਤਾ ਲੱਗਿਆ ਵੀ ਇਦਾਂ ਮਤਲਬ ਸ਼ਹੀਦੀ ਪ੍ਰਾਪਤ ਕਰ ਗਏ ਨੇ ਸਾਡਾ ਬੱਚਾ ਕੱਲ ਪੁਲਿਸ ਸਾਈਡ ਤੇ ਉਗਰਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸਾਨੂੰ ਆਪਣੇ ਬੱਚੇ ਤੇ ਮਾਣ ਹੈ ਦੇਸ਼ ਕੌਮ ਦੀ ਰੱਖਿਆ ਕਰਦੇ ਕਰਦੇ ਸ਼ਹੀਦ ਹੋ ਗਏ ਨੇ ਐਸੇ ਬੱਚੇ ਹੋਣੇ ਚਾਹੀਏ ਹਾਂਜੀ ਮੈਂ ਤੇ ਇਸ ਕਰਕੇ ਨਾ ਵੀ ਮੇਰਾ ਵੱਡਾ ਬ੍ਰਦਰ ਵੀ ਕਰਨੈਲ ਸਿੰਘ ਫੌਜ 'ਚ ਸੀ ਉਸ ਦਾ ਬੇਟਾ ਵੀ ਹਰਕ੍ਰਿਸ਼ਨ ਸਿੰਘ ਜੀ ਫੌਜ 'ਚ ਭੱਜਿਆ ਸੀ ਉਹਨੇ ਦੇਸ਼ ਵਾਸਤੇ ਜਾਨ ਕੁਰਬਾਨ ਕਰਤੀ ਹੈ ਪਰ ਮੇਰੀ ਵੀ ਇਹੋ ਬੇਨਤੀ ਹੈ ਕਿ ਉਹਦੇ ਪਰਿਵਾਰ ਨੂੰ ਸਰਕਾਰ ਨੇ ਸਹੂਲਤਾਂ ਦੇਣੀ ਚਾਹੀਦੀ ਹੈ ਉਹਦੀ ਬੇਟੀ ਆ ਅਤੇ ਉਸਦਾ ਬੱਚਾ ਵੀ ਬਾਲ ਹੋਣ ਵਾਲਾ ਹੈ ਅਤੇ ਮੇਰੀ ਇਹ ਬੇਨਤੀ ਹੈ ਵੀ ਸਰਕਾਰਾਂ ਨੂੰ ਵੀ ਉਹਦੇ ਪਰਿਵਾਰ ਨੂੰ ਸਹੂਲਤ ਦਿੱਤੀ ਜਾਵੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਉਹਦੀ ਸ਼ਹੀਦੀ ਦਾ ਇਸ ਨੂੰ ਮਤਲਬ ਮੈਂ ਕਰ ਰਿਹਾ ਅਤੇ ਮੇਰੇ ਵੱਡੇ ਬ੍ਰਦਰ ਨੂੰ ਰਹਿ ਰਾਜ ਦਾ ਟਾਈਮ ਹੋਇਆ ਵਾ ਅਤੇ ਫੋਨ ਕੰਪਨੀ ਕਮਾਂਡਰ ਨੇ ਕੀਤਾ ਮੇਰੇ ਬ੍ਰਦਰ ਨੂੰ ਵੀ ਪਹੁੰਚ ਦੇ ਵਿੱਚ ਅੱਤਵਾਦੀ ਹਮਲਾ ਗ੍ਰਨੇਡ ਦੇ ਨਾਲ ਹੋਇਆ ਵਾ ਗੱਡੀ 5 ਜਵਾਨ ਫੌਜ ਦੇ ਸ਼ਹੀਦ ਹੋਏ ਨੇ ਇੱਕ ਜ਼ਖਮੀ ਆ ਉਹਨਾਂ ਦੇ ਕੰਪਨੀ ਕਮਾਂਡਰ ਨੇ ਕੀਤਾ ਜੀ ਜੇ ਅੱਜ ਸ਼ਾਮਾਂ ਨੂੰ ਅਤੇ ਚਾਹੇ ਸਵੇਰੇ ਸੁਬਹ ਆਊਗੀ ਕੱਲ ਗੱਲ ਹੁੰਦੀ ਪਈ ਸੀਗੀ ਸਾਡੇ ਨਾਲ ਸਵੇਰ ਤੋਂ ਹੋਈ ਸ਼ਾਮ ਨੂੰ ਵੀ 3 ਵਜੇ ਫੋਨ ਆਇਆ ਉਹਦੇ ਬਾਅਦ ਸਾਨੂੰ ਕੋਈ ਫੋਨ ਨਹੀਂ ਆਇਆ ਇਹਨਾਂ ਨੂੰ ਫੋਨ ਮੈਂ ਲਗਾਤਾਰ ਕਰਦੀ ਰਹੀ ਇਹਨਾਂ ਨੇ ਫੋਨ ਵੀ ਨਹੀਂ ਚੁੱਕਿਆ ਫਿਰ ਸ਼ਾਮ ਨੂੰ ਸਾਨੂੰ ਪਤਾ ਲੱਗਿਆ ਵੀ ਇਦਾਂ ਮਤਲਬ ਸ਼ਹੀਦੀ ਪ੍ਰਾਪਤ ਕਰ ਗਏ ਨੇ